ਐਲਆਈਸੀ ਦੇ 63 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਇਸ ਵਾਰ ਵੀ ਐਲਆਈਸੀ ਦੀਆਂ ਉਪਲਬਧੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਅਤੇ ਲੋਕਾਂ ਦਾ ਪੈਸਾ ਲੋਕਾਂ ਦੀ ਭਲਾਈ ਵਿੱਚ ਲਗਾਏ ਜਾਣ ਸੰਬੰਧੀ ਨਿਭਾਈ ਜਾ ਰਹੀ ਮਹੱਤਵਪੂਰਨ ਭੂਮਿਕਾ ਬਾਰੇ ਅੱਜ ਐਲਆਈਸੀ ਮੰਡਲ ਲੁਧਿਆਣਾ ਫੇਸ ਬੰਦ ਦੁਗਰੀ ਵੱਲੋਂ ਬੀਮਾ ਜਾਗਰੂਕਤਾ ਦੌੜ ਕਰਵਾਈ ਗਈ, ਜਿਸ ਵਿੱਚ 200 ਦੇ ਕਰੀਬ ਕਰਮਚਾਰੀਆਂ ਨੇ ਭਾਗ ਲਿਆ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਐਲਆਈਸੀ ਦੇ 63 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਹਫ਼ਤਾ ਭਰ ਪੂਰੇ ਹਰਸੋ ਹਿਲਾਸ ਨਾਲ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਸ਼੍ਰੀ ਦਾਵਾ ਰਾਮ ਵਿਪਨ ਪ੍ਰਬੰਧਕ ਨੇ ਜਿੱਥੇ ਜਾਗਰੂਕਤਾ ਦੌੜ ਵਿੱਚ ਭਾਗ ਲੈਣ ਵਾਲੇ ਬੱਚੇ, ਮਹਿਲਾਵਾਂ ਅਤੇ ਕਰਮਚਾਰੀਆਂ ਦਾ ਧੰਨਵਾਦ ਕੀਤਾ, ਉੱਥੇ ਪਾਲਿਸੀ ਧਾਰਕਾਂ ਨੂੰ ਬਿਹਤਰ ਸੇਵਾਵਾਂ ਦੇਣ ਦਾ ਭਰੋਸਾ ਵੀ ਦਿਵਾਇਆ। ਅੱਜ ਭਾਰਤੀ ਜੀਵਨ ਬੀਮਾ ਨਿਗਮ ਆਪਣੀ 63rd ਜੋ ਬਰਥ ਐਨੀਵਰਸਰੀ ਮਨਾਉਣੇ ਜਾ ਰਹੀ ਹੈ, ਸਥਾਪਨਾ ਦਿਵਸ। ਸਭਸੇ ਪਹਿਲੇ ਇਸ ਉਪਲਕਸ਼ ਮੈਂ ਸਭੀ LIC ਵਾਸੀਓ ਕੋ ਬਹੁਤ ਬਹੁਤ ਵਧਾਈ ਦੇਣਾ ਚਾਹੂੰਗਾ। ਇਹ ਹਰ ਸਾਲ 1 ਸਤੰਬਰ ਸੇ 7 ਸਤੰਬਰ ਤੱਕ ਮਨਾਇਆ ਜਾਤਾ ਹੈ। ਪਹਿਲੇ ਦਿਨ ਰੋਡ ਸ਼ੋ ਕੇ ਦੁਆਰਾ ਜੋ ਹਮ ਲੋਗੋ ਕੋ ਇੱਕ ਇੰਸ਼ੋਰੈਂਸ ਕਾ ਮੈਸੇਜ ਸਪ੍ਰੈਡ ਕਰਨਾ ਚਾਹਤੇ ਹੈ, ਉਸਕੇ ਲਈ ਰੋਡ ਸ਼ੋ ਕਾ ਇਹ ਆਰਗੇਨਾਈਜ਼ ਅੱਜ ਇਹ ਆਯੋਜਨ ਕੀਆ ਗਿਆ ਹੈ। ਔਰ ਅੱਜ ਕੇ ਬਾਅਦ ਜੋ ਵਿਭਿੰਨ 7 ਸਤੰਬਰ ਤੱਕ ਜੋ ਹਰ ਰੋਜ਼ ਅਲੱਗ ਅਲੱਗ ਕਾਰਜਕ੍ਰਮ ਕਰਵਾਏ ਜਾਏਗੇ, ਸ਼ਾਖਾ ਸਤਰ ਹਰ ਸ਼ਾਖਾ ਮੈਂ ਵੀ ਇਹ ਮਨਾਇਆ ਜਾ ਰਿਹਾ ਅੱਜ, ਔਰ ਪੂਰੇ ਹਫ਼ਤਾ ਜੋ ਹਰ ਸ਼ਾਖਾਓ ਮੈਂ ਅਲੱਗ ਅਲੱਗ ਦਿਨ ਅਲੱਗ ਅਲੱਗ ਇਵੈਂਟਸ ਮਨਾਏ ਜਾਏਗੇ। LIC ਕੀ ਜੈਸੇ ਅਭੀ ਸਰ ਨੇ ਬਤਾਇਆ, ਸਥਾਪਨਾ 1 ਸਤੰਬਰ 1956 ਕੋ ਹੋਈ ਥੀ, ਔਰ ਓਬਜੈਕਟਿਵ LIC ਕਾ ਥਾ ਕਿ ਬੀਮਾ ਕਾ ਸੰਦੇਸ਼ ਦੇਸ਼ ਕੇ ਕੋਨੇ ਕੋਨੇ ਤੱਕ ਪਹੁੰਚਾਨਾ, ਔਰ ਸੋਸ਼ਲ ਰਿਸਪੋਂਸਿਬਿਲਿਟੀ ਮੈਂ LIC ਹਮੇਸ਼ਾ ਸਭਸੇ ਆਗੇ ਰਹੀ ਹੈ, ਚਾਹੇ ਵੋ ਪਰਿਆਵਰਨ ਕੀ ਸੁਰੱਖਿਆ ਹੋ, ਲੋਗੋਂ ਕੇ ਘਰੋਂ ਤੱਕ ਸੁਰੱਖਿਆ ਪਹੁੰਚਾਨਾ, ਔਰ ਜੋ ਲੋਗੋਂ ਕਾ ਪੈਸਾ ਹੈ ਲੋਗੋਂ ਕੇ ਵੈਲਫੇਅਰ ਕੇ ਲੀਏ ਇਸਤੇਮਾਲ ਕਰਨਾ। ਤੋ 1 ਸਤੰਬਰ ਸੇ 7 ਸਤੰਬਰ ਤੱਕ ਹਮ ਅਲੱਗ ਅਲੱਗ ਐਕਟੀਵਿਟੀਜ਼ ਸੇ ਇੰਸ਼ੋਰੈਂਸ ਕੇ ਬਾਰੇ ਮੈਂ ਜਾਗਰੂਕਤਾ ਫੈਲਾਤੇ ਹੈ, ਜੋ ਕਿ IRDAI ਜੋ ਕਿ ਰੈਗੂਲੇਟਰੀ ਅਥਾਰਿਟੀ ਬਣੀ ਹੈ, ਉਨਕਾ ਵੀ ਇਹ ਇੱਕ ਓਬਜੈਕਟਿਵ ਰਹਿਤਾ ਹੈ ਕਿ ਬੀਮੇ ਕਾ ਸੰਦੇਸ਼ ਸਭ ਜਗ੍ਹਾ ਫੈਲਾਨਾ। ਤੋ ਇਨ 7 ਦਿਨੋਂ ਮੈਂ ਹਮ ਆਪਣੀ ਐਕਟੀਵਿਟੀਜ਼ ਕੇ ਸਾਥ ਸਾਥ ਪਾਲਿਸੀ ਹੋਲਡਰਸ ਕੋ ਵੀ ਆਪਣੇ ਸਾਥ ਔਰ ਜੋੜਨੇ ਕੀ ਕੋਸ਼ਿਸ਼ ਕਰਤੇ ਹੈਂ। ਜੈਸੇ ਕਿ ਹਮਾਰੇ ਮਾਰਕੀਟਿੰਗ ਮੈਨੇਜਰ ਸਾਹਿਬ ਔਰ ਹਮਾਰੇ ਪ੍ਰਬੰਧਕ ਕਾਰਮਿਕ ਵਿਭਾਗ ਵਾਲੇ, ਉਹਨਾਂ ਨੇ ਜੈਸੇ ਬਤਾਇਆ ਕਿ ਇਹ ਅੱਜ ਸੇ LIC ਕਾ ਇੰਸ਼ੋਰੈਂਸ ਵੀਕ ਸਟਾਰਟ ਹੋਣੇ ਜਾ ਰਿਹਾ ਹੈ, ਔਰ ਇਸਮੇ ਹਮ ਅਲੱਗ ਅਲੱਗ ਤਰ੍ਹਾਂ ਕੀ ਐਕਟੀਵਿਟੀਜ਼ ਕਰੇਂਗੇ। ਆਜ ਹਮਾਰਾ ਯਹਾਂ ਸੇ LIC ਕੇ ਸਾਰੇ ਇੰਪਲਾਈਜ਼ ਕੀ ਤਰਫ ਸੇ ਆਜ ਸੇ ਸਟਾਰਟ ਹੈ ਇਹ ਮੈਰਾਥਨ ਆਜ ਕਰੇਂਗੇ, ਔਰ ਜਿਸਮੇ ਹਮ ਸਾਰਾ ਇਹ ਹਮਾਰੇ ਜੋ ਡੁਗਰੀ ਏਰੀਆ ਹੈ ਔਰ ਉਸਕੋ ਵੀ ਜ਼ਿਆਦਾ ਹਮ ਕਵਰ ਕਰਨੇ ਕੀ ਕੋਸ਼ਿਸ਼ ਕਰੇਂਗੇ, ਔਰ ਲੋਗੋਂ ਕੇ ਘਰ ਘਰ ਮੈਂ ਹਮ ਇਹ ਸੰਦੇਸ਼ ਪਹੁੰਚਾਉਣਾ ਚਾਹਤੇ ਹੈ ਕਿ LIC ਕੈਸੇ ਲੋਗੋਂ ਕੇ ਮਤਲਬ ਹਿੱਤ ਕੇ ਬਾਰੇ ਮੈਂ ਸੋਚਤੀ ਹੈ। LIC ਕਾ ਆਜ ਜੋ ਜਨਮ ਦਿਵਸ ਹੈ, ਉਸ ਉਪਲਕਸ਼ ਮੈਂ ਸਭਸੇ ਪਹਿਲੇ ਆਪਣੇ ਸਭ ਇੰਪਲਾਈਜ਼ ਕੋ ਵਧਾਈ ਦੇਤਾ ਹੂੰ, ਔਰ ਇਸ ਉਪਲਕਸ਼ ਮੈਂ ਜੋ ਹਮਾਰੇ ਪ੍ਰਬੰਧਕ ਮਹੋਦਯ, ਵਿਪਣਨ ਪ੍ਰਬੰਧਕ ਔਰ ਕਾਰਮਿਕ ਪ੍ਰਬੰਧਕ ਮਹੋਦਯ ਨੇ ਜੋ ਪਹਿਲੇ ਬਤਾਇਆ ਹੈ, ਉਸ ਉਪਲਕਸ਼ ਮੈਂ ਇਹ ਬਤਾਉਣਾ ਚਾਹਤਾ ਹੂੰ ਕਿ ਇਸ ਪੂਰੇ 7 ਦਿਨ ਪੂਰਾ ਜੋ ਬੀਮਾ ਸਪਤਾਹ ਇਹ ਮਨਾਇਆ ਜਾਏਗਾ ਇੰਸ਼ੋਰੈਂਸ ਵੀਕ, ਉਸਮੇ ਕਈ ਤਰ੍ਹਾਂ ਕੀ ਐਕਟੀਵਿਟੀਜ਼ ਕੀ ਜਾਏਗੀ, ਜਿਸਮੇ ਕਿ ਇੱਕ ਬਹੁਤ ਬੜੀ ਐਕਟੀਵਿਟੀ ਜੋ ਹੈ ਸਵੱਛ ਭਾਰਤ ਅਭਿਆਨ ਕੇ ਉੱਪਰ ਜੋ ਕਾਰਜਕ੍ਰਮ ਕੀਆ ਜਾਏਗਾ। ਜੈਸੇ ਕਿ ਪ੍ਰਧਾਨ ਮੰਤਰੀ ਮਹੋਦਯ ਨੇ ਕਹਿ ਰੱਖਾ ਹੈ ਸਵੱਛ ਭਾਰਤ ਅਭਿਆਨ ਕੇ ਉੱਪਰ, ਤੋ ਵੋ ਵੀ ਐਕਟੀਵਿਟੀ ਇੱਕ ਬਹੁਤ ਅੱਛੇ ਤਰੀਕੇ ਸੇ ਨਿਭਾਈ ਜਾਏਗੀ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਕਮਲਪ੍ਰੀਤ ਗਰਚਰ ਦੇ ਨਾਲ, ਫੋਕਸ .ਪੰਜਾਬੀ, ਯੂਅਰ ਸਿਟੀ, ਯੂਅਰ ਨਿਊਜ਼।